ਲਾਈਵ ਸ਼ੋਅ ਤਾਂ ਬਹੁਤ ਦੇਖੇ ਜ਼ਿੰਦਗੀ 'ਚ, ਪਰ ਇੱਦਾਂ ਦਾ ਲਾਈਵ ਸ਼ੋਅ ਨਹੀਂ ਕਦੇ ਦੇਖਿਆ। ਸੋ ਦੇਖ ਸਕਦੇ ਹਾਂ ਜੀ ਤੁਸੀਂ, ਘਰ ਵੀ ਪੂਰਾ ਸਜਾਇਆ ਹੋਇਆ ਸਿੰਦਰ ਸਰਤਾਜ ਦਾ। ਬੋਣ ਪੱਟੀ ਕਾ ਤੋਂ ਘੁੰਮਦਾ ਵੇ ਮੈਂ ਆਸ਼ਿਕ ਤੇਰੇ ਤੇ, ਦੂਰ ਕਿਤੇ ਚੰਡੀਗੜ੍ਹ ਨੱਚਦੇ ਵੀਰੇ, ਬਜਰੌਰ ਤੱਕ ਸੁਣ ਜਾਂਦੀ ਹੂਕ ਸੁਣਿਆ। ਸੋ ਲਓ ਜੀ, ਅੱਜ 16 ਅਪ੍ਰੈਲ ਆ, ਅਤੇ 16 ਅਪ੍ਰੈਲ ਨੂੰ ਜਿੱਦਾਂ ਕਿ ਸਾਰਿਆਂ ਨੂੰ ਪਤਾ ਸਤਿੰਦਰ ਸਰਤਾਜ ਦਾ ਲਾਈਵ ਸ਼ੋਅ ਸੀ ਉਹਨਾਂ ਦੇ ਜੱਦੀ ਪਿੰਡ ਬਜਰਾਵਰ ਵਿੱਚ। ਅਤੇ ਪਹੁੰਚ ਚੁੱਕੇ ਹਾਂ ਜੀ ਆਪਾਂ ਬਜਰਾਵਰ ਦੇ ਪਿੰਡ ਦੇ ਐਂਟਰੀ 'ਤੇ ਬਿਲਕੁਲ। ਤੁਸੀਂ ਰਸ਼ ਦੇਖ ਸਕਦੇ ਆ ਕਿਉਂਕਿ ਜਿੱਥੇ ਹਲੇ ਲਾਈਵ ਸ਼ੋਅ ਲੱਗਣਾ ਆ ਬਹੁਤ ਦੂਰ ਆ, ਅਤੇ ਪਾਰਕਿੰਗ ਇੱਥੋਂ ਹੀ ਸਟਾਰਟ ਹੋ ਗਈ ਆ ਕਿਉਂਕਿ ਪਾਰਕਿੰਗ ਦੀ ਬਹੁਤ ਦਿੱਕਤ ਆਉਣੀ ਅੱਗੇ ਜਾ ਕੇ, ਅਤੇ ਇੱਥੋਂ ਪਾਰਕਿੰਗ ਸਟਾਰਟ ਹੋ ਗਈ ਆ। ਅਤੇ ਥੋੜ੍ਹੀ ਦੇਰ ਵਿੱਚ ਹੀ ਇੱਥੋਂ ਲੰਘੂਗੇ ਸਤਿੰਦਰ ਸਰਤਾਜ ਹੁਣੀ ਆਪਣੇ ਪੂਰਾ ਗੱਡੀਆਂ ਲੈ ਕੇ, ਅਤੇ ਉਹ ਵੀ ਤੁਹਾਨੂੰ ਦਿਖਾਵਾਂਗੇ। ਅਤੇ ਹੁਣ ਆਪਾਂ ਅੱਗੇ ਚੱਲਦੇ ਹਾਂ, ਦਿਖਾਉਂਦੇ ਜੀ ਤੁਹਾਨੂੰ ਸਾਰਾ ਲਾਈਵ ਸ਼ੋਅ ਦਾ। ਲਓ ਜੀ, ਐਂਟਰੀ ਹੋ ਗਈ ਆ ਸਤਿੰਦਰ ਸਰਤਾਜ ਜੀ ਉਹਨਾਂ ਦੇ ਪਿੰਡ ਵਿੱਚ। ਦੇਖ ਸਕਦੇ ਤੁਸੀਂ ਗੱਡੀਆਂ ਦਾ ਕਾਫਲਾ ਲੈ ਕੇ ਆਪਣੀ ਪੂਰੀ ਟੀਮ ਨਾਲ ਸਤਿੰਦਰ ਸਰਤਾਜ ਜੀ ਪਹੁੰਚ ਚੁੱਕੇ ਆ ਜੀ ਆਪਣੇ ਪਿੰਡ ਬਜਰਾਵਰ ਵਿੱਚ। ਇਹ ਬੈਠੇ ਆ ਜੀ ਸਤਿੰਦਰ ਸਰਤਾਜ। ਲਓ ਜੀ, ਪਿੰਡ 'ਚ ਐਂਟਰੀ ਹੋ ਚੁੱਕੀ ਆ ਸਤਿੰਦਰ ਸਰਤਾਜ ਜੀ। ਅਤੇ ਚਲੋ ਜੀ, ਹੁਣ ਆਪਾਂ ਤੁਹਾਨੂੰ ਚੱਲਦੇ ਲਾਈਵ ਸ਼ੋਅ 'ਤੇ ਲੈ ਗਏ। ਲਓ ਜੀ, ਪਿੰਡ ਵਿੱਚ ਆਪਣੇ ਪਹੁੰਚ ਚੁੱਕੇ ਆ, ਅਤੇ ਫੁੱਲਾਂ ਨਾਲ ਸਵਾਗਤ ਹੋ ਕੇ ਹਟਿਆ ਜੀ ਸਤਿੰਦਰ ਸਰਤਾਜ ਦਾ। ਰੌਣਕਾਂ ਦੇਖ ਸਕਦੇ ਜੀ ਤੁਸੀਂ ਪਿੰਡ ਦੇ। ਸਰਤਾਜ ਭਾਈ ਦਾ
ਤੇ ਹੁਣ ਰੱਥ ਯਾਤਰਾ ਸ਼ੁਰੂ ਹੋਊਗੀ ਇੱਥੋਂ। ਸਵਾਗਤ ਵਿੱਚ ਕੋਈ ਕਮੀ ਨਹੀਂ ਛੱਡੀ ਪਿੰਡ ਵਾਲਿਆਂ ਨੇ। ਲਓ ਜੀ ਬਹਿ ਗਏ ਸਤਿੰਦਰ ਭਾਈ ਰੱਥ ਤੇ। ਉਹ ਜਗ੍ਹਾ ਜਿੱਥੇ ਲਾਈਵ ਸ਼ੋਅ ਲੱਗਣਾ ਹੈ ਤੇ ਪਹੁੰਚ ਚੁੱਕੇ ਜੀ ਸਤਿੰਦਰ ਸਰਤਾਜ। ਖੇਤਾਂ ਵਿੱਚ ਹੀ ਹੁੰਦੇ ਹੋਏ ਦਰਸ਼ਕ ਪਹੁੰਚ ਗਏ ਆ ਜੀ। ਇਹ ਸਾਰੇ ਸ਼ਾਰਟਕੱਟ ਆ ਕਿ ਨਹੀਂ ਤਾਂ ਪੂਰਾ ਘੁੰਮ ਕੇ ਆਉਣਾ ਪੈਣਾ ਸੀ ਉੱਪਰ ਜੀ। ਸਤਿੰਦਰ ਸਰਤਾਜ ਹੁਣੀ ਪਹੁੰਚ ਚੁੱਕੇ ਆ ਸਟੇਜ ਤੱਕ ਤੇ ਹੁਣ ਆਪਾਂ ਚੱਲਦੇ ਹਾਂ। ਹਾਂਜੀ ਭਾਈ ਐਕਸਾਈਟਡ ਆ ਪੂਰੇ ਲਾਈਵ ਸ਼ੋਅ ਦੇਖਣ ਲਈ? ਹੋਰ ਹੋਰ ਜੀ, ਐਨ ਫੁੱਲ ਨਜ਼ਾਰਾ ਲਵਾਂਗੇ। ਅੱਛਾ ਜੀ, ਮੰਚ ਪੂਰਾ ਸਾਜ ਜਿਹੜਾ ਦਿਲੋਂ ਇਹ ਤੁਸੀਂ ਦੇਖ ਸਕਦੇ ਸਾਰਾ ਮੈਦਾਨ ਹੁੰਦਾ ਪਬਲਿਕ ਵਾਲੀ ਨੇ ਖਾਦੇ ਬੜੇ ਯਾਰਾਂ ਕੋ। ਅੱਜ ਮੌਕਾ ਬਣਿਆ ਕਿ ਮੈਂ ਆਪਣੇ ਪਿੰਡ ਪਰਫੋਰਮ ਕਰਨ ਦੇ ਕਾਬਿਲ ਹੋ ਸਕਿਆ। ਸੋ ਗ੍ਰੇਟਫੁਲ ਟੂ ਦੀ ਓਨਰੇਬਲ ਡਿਪਟੀ ਕਮਿਸ਼ਨਰ ਮੈਮ, ਐਸ ਡੀ ਐਮ ਸਰ ਐਂਡ ਦੀ ਇੰਟਾਇਰ ਉਹਨਾਂ ਦੀ ਟੀਮ ਹੈ ਜਿਹੜੇ ਐਡਮਿਨਿਸਟ੍ਰੇਸ਼ਨ, ਪੁਲਿਸ ਡਿਪਾਰਟਮੈਂਟ ਐਂਡ ਟ੍ਰੈਫਿਕ ਡਿਪਾਰਟਮੈਂਟ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਪਿੰਡ ਦੀਆਂ ਪਤਵੰਤੀਆਂ ਸ਼ਖਸੀਅਤਾਂ, ਅਜੇ ਭਾਜੀ ਦੀ ਸਾਰੀ ਟੀਮ, ਸੰਜੀਵ ਤੁਸੀਂ ਜਿੰਨੀ ਉਮਾਂ ਨਾਲ ਜਿੰਨੀ ਖੁਸ਼ੀ ਦੇ ਨਾਲ ਅੱਜ ਇਸਤੇਮਾਲ ਕੀਤਾ, ਸਾਰੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਪੁਰਾਣੀਆਂ। ਇਹ ਉਹ ਗਰਾਊਂਡ ਹੈ ਜਿੱਥੇ ਐਜੂਕੇਸ਼ਨ ਦੇ ਨਾਲ ਮੇਰੀ ਸਭ ਤੋਂ ਪਹਿਲੀ ਇੰਟਰੋਡਕਸ਼ਨ ਹੋਈ ਸੀ, ਪ੍ਰਾਇਮਰੀ ਸਕੂਲ। ਇੱਕ ਵਾਰੀ ਜ਼ੋਰ ਦਾ ਤਾੜੀ ਮਾਰ ਦਿਓ ਇਸ ਧਰਤੀ ਦੇ ਨਾਮ ਦੀ। ਇੱਕ ਇੱਕ ਚੀਜ਼ ਮੈਨੂੰ ਯਾਦ ਆ ਕਿ ਜਦੋਂ ਫਸਟ ਆਉਣਾ ਅਤੇ ਚੀਕਾਂ ਮਾਰਦੇ ਘਰ ਨੂੰ ਜਾਣਾ, ਸੰਤੋਸ਼ ਮੈਡਮ ਹੁੰਦੇ ਸੀ ਸਾਡੇ ਚੱਬਿਆਲ ਤੋਂ। ਸੋ ਮੈਂ ਵਿਭਾਗੀ ਹਾਂ ਕਿ ਮੈਨੂੰ ਸਾਰੀਆਂ ਚੀਜ਼ਾਂ ਯਾਦ ਨੇ, ਲੋਕਾਂ ਦੇ ਨਾਮ ਯਾਦ ਨੇ, ਤੇਰੀ ਸਾਸ ਤੋਂ। ਇਸ ਗੱਲ ਦਾ ਮੈਨੂੰ ਬਹੁਤ ਫਖਰ ਹੈ। ਸੋ ਅੱਜ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੀਆਂ ਉਮੰਗਾਂ ਲੈ ਕੇ ਤੁਸੀਂ ਦੂਰੋਂ ਦੂਰੋਂ ਚੱਲ ਕੇ ਆਏ ਹੋ, ਮੈਂ ਉਸਦੇ ਕਾਬਿਲ ਹੋ ਸਕਾਂ। ਇੱਕ ਵਾਰ ਜ਼ੋਰ ਦਾ ਤਾੜੀ ਤੁਹਾਨੂੰ ਇਜਾਜ਼ਤ ਦਿਓ ਜੀ ਤੁਸੀਂ ਫਿਰ। ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ, ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲੁਕੋਈ ਨਾ।
ਇਹੋ ਜ਼ਿੰਦਗੀ ਨੀ ਆਉਣੀ ਵਾਰੀ ਵਾਰੀ ਉਦਾਸ ਲੈ ਮੈਨੂੰ ਇੰਨਾ ਦੇਖਾਂ ਕਿਹੜਾ ਕਿਹੜਾ ਮਾਰਦਾ ਏ ਤਾੜੀ ਤਿੰਗ 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 ਤੰਗ ਅੱਛਾ ਹੁਣ ਮੈਂ ਟੱਪੇ ਗਾਉਣ ਲੱਗਾ ਪਿੱਛੇ ਪਿੱਛੇ ਗਾਇਓ ਕੁੜੀਆਂ ਨੇ ਤਾਂ ਗਾਏ ਲੈਣੇ ਮੁੰਡਿਆਂ ਦਾ ਪਤਾ ਕੁਛ ਨਹੀਂ ਮਜ਼ਾ ਆ ਰਿਹਾ ਠੀਕ ਹੋ ਚੱਕਰਾਂ ਕੋਲ ਸ਼ਰਬਤ ਲੈ ਕੇ ਖੜੀਆਂ ਖੁਦ ਆਪ ਨਿਸ਼ਾਨਾ ਹੋਣ ਤੇ ਦੁਸਹਿਰਾ ਮੇਲਾ ਸਾਨੂੰ ਦਿਖਾਉਣ ਲੱਗੇ ਨੇ ਬਜਰੋ ਰੋ ਨਹੀਂ ਇਜਾਜ਼ਤ ਸ਼ਾਇਰ ਅੱਜ ਗਾਉਣ ਲੱਗੇ ਨੇ ਦਿਲ ਪਹਿਲਾਂ ਜਾ ਨਹੀਂ ਰਿਹਾ ਕਠੋਰ ਹੋ ਗਿਆ ਦਿਲ ਬਜਰੌਰ ਵਾਲਾ ਨਹੀਂ ਰਿਹਾ ਥੋੜਾ ਹੋਰ ਹੋ ਗਿਆ ਵੇਖੇ ਦੁਨੀਆ ਦੇ ਰੰਗ ਚੰਡੀਗੜ੍ਹ ਵਾਲੇ ਰੰਗ ਥੋੜਾ ਹੋਰ ਹੋ ਗਿਆ ਦਿਲ ਪਹਿਲਾਂ ਦਾ ਮੈਂ ਦੱਸਣਾ ਚਾਹੁੰਦਾ ਜਿਹੜਾ ਅਗਲਾ ਸ਼ੇਰ ਹੈ ਉਹ ਸਾਡੇ ਤਾਇਆ ਜੀ ਰਣਜੀਤ ਸਿੰਘ ਉਹਨਾਂ ਦੇ ਘਰ ਦੇ ਅਗਲੇ ਪਾਸੇ ਸਾਡੇ ਘਰ ਵਾਲੀ ਗਲੀ ਦੇ ਵਿੱਚ ਢੇਰ ਲੱਗਾ ਹੁੰਦਾ ਸੀ ਅਤੇ ਤੁਹਾਨੂੰ ਪਤਾ ਜੇ ਅੰਬ ਚੁੱਕ ਕੇ ਕੋਈ ਗਿੱਟਕ ਸਿੱਟ ਦੇਵੇ ਤਾਂ ਉੱਥੋਂ ਬੂਟਾ ਉੱਗ ਪੈਂਦਾ ਅਤੇ ਆਪਣਾ ਆਹ ਸ਼ਿਵਾਲੇ ਵਾਲਾ ਪਿੱਪਲ ਕਦੇ ਪਿੱਪਲਾਂ ਦੇ ਪੱਤਿਆਂ ਦੀ ਪੀਪ ਨਹੀਂ ਬਣਾਉਣੀ ਕਦੇ ਖੜ ਦਰਵਾਜ਼ਿਆਂ ਦੀ ਢੋਲਕੀ ਵਜਾਉਣੀ ਕਦੇ ਪਿੱਪਲਾਂ ਦੇ ਪੱਤਿਆਂ ਦੀ ਪੀਪ ਨਹੀਂ ਬਣਾਉਣੀ ਕਦੇ ਖੜ ਦਰਵਾਜ਼ਿਆਂ ਦੀ ਢੋਲਕੀ ਵਜਾਉਣੀ
ਹੁਣ ਨਗਮਾ ਸਾਰੰਗੀਆਂ ਦਾ, ਨਗਮਾ ਸਾਰੰਗੀਆਂ ਦਾ ਸ਼ੋਰ ਹੋ ਗਿਆ। ਦਿਲ ਇਸ ਸਕੂਲ ਵਾਲਾ ਨਹੀਂ ਰਿਹਾ। ਛੱਲੀਆਂ ਦੀ ਰਾਖੀ ਤੁਹਾਨੂੰ ਪਤਾ ਠੰਡਾ ਹੁੰਦੀਆਂ, ਉਦੋਂ ਰਜਾਈ ਲੈ ਕੇ ਖੇਤਾਂ ਚ ਹੁਣ ਅੱਧੀਆਂ ਰਾਤਾਂ ਕਦੀ ਕਿਨੇ ਨੀਂਦ ਚੋਂ ਜਗਾਇਆ ਨੀ ਪਰੌਣਾ, ਤੇਰੀ ਖੁਸ਼ਬੂ ਨਸ਼ੀਲੀ ਮਨ ਥੋੜੀ ਤਾੜੀ ਤਾਂ ਜਾਦੇ ਪੱਟ ਪਾਉਣੀਏ ਲਾ ਲਾ ਲਾ। ਚਲੋ ਤਾੜੀ ਮੈਂ ਤਾਂ ਚਿੜੀਆਂ ਨੂੰ ਪੁੱਛਾਂ ਕੁਝ ਪਾਲੋ ਨੀ, ਕਦੋਂ ਆਊ ਮੇਰੀ ਹੀਰ ਭੇਦ ਖੋਲੋ ਨੀ, ਤੁਸੀਂ ਜਾਓ ਸੱਚੀ ਜਾਓ ਉਹਨੂੰ ਟੋਲੋ ਨੀ, ਜਾ ਕੇ ਫੁੱਲਾਂ ਵਾਲਾ ਜੰਗਲ ਫਰੋਲੋ ਨੀ, ਉਹ ਗੁਲਾਬ ਦੀਆਂ ਪੱਤੀਆਂ ਚ ਹੋਣੀ ਏ ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀ ਏ, ਆ ਮੇਰੀ ਹੀਰ ਏ ਫਕੀਰ ਏ ਸੋਹਣੀ ਏ। ਸਤਿੰਦਰ ਜੋ ਗਾਉਂਦਾ ਇਹਨੂੰ ਗਾਣ ਦੇ, ਇਹਨਾਂ ਹੋ ਗਿਆ ਸ਼ੁਦਾਈ ਰਾਲਾ ਪਾਣ ਦੇ, ਬਸ ਪਿਆਰ ਵਾਲੀ ਛਤਰੀ ਤੂੰ ਤਾਣ ਦੇ, ਬਾਕੀ ਰੱਬ ਜੋ ਕਰਿੰਦਾ ਕਰੀ ਜਾਣ ਦੇ, ਸਾਨੂੰ ਦਿਲਾਂ ਚ ਵਸਾ ਲੈ ਪੱਟ ਹੋਣੀਏ ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀਏ, ਆ ਮੇਰੀ ਹੀਰੀਏ ਫਕੀਰੀਏ ਨੀ ਸੋਹਣੀਏ। ਸਕਿਆ ਗਿਆ ਪੈਰ ਵਿੱਚ ਕਿਧਰ ਜਿਹੜਾ
ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਏ, ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਏ, ਤੀਰ ਵਾਲੇ ਪਿੱਛੇ ਆਈ ਕੁਛ ਰੋਲ ਤਾਈ ਇੰਨੇ ਜ਼ਿਆਦਾ ਸ਼ੋਰ ਦੇ ਵਿੱਚ ਆ ਇੱਕ ਚਿੱਟੀ ਤਿੱਤਲੀ ਮੇਰੇ ਉੱਤੇ ਆ ਕੇ ਬੈਠ ਗਈ ਹੈ। ਕਹਿੰਦੀ ਸੀ ਕੈਮਰਾ ਕਲੋਜ਼ ਕਰਕੇ ਦਿਖਾ ਦਿਓ ਜਿਹੜਾ ਸਕਰੀਨ 'ਤੇ। ਰੰਗ ਬੁੱਲਾਂ ਦਾ ਵੀ ਹੋਰ ਕੂੜਾ ਹੋ ਗਿਆ, ਬੁੱਲਾਂ ਦਾ ਵੀ ਹੋਰ ਕੂੜਾ ਹੋ ਗਿਆ, ਪਾਣੀ ਚਾਰ ਵਾਲਾ ਪੱਤੀਆਂ ਨੂੰ ਧੋ ਗਿਆ, ਅੱਜ ਉਸ ਨਾਲ ਦੀ ਨਾਲ ਮੈਨੂੰ ਹੋ ਗਿਆ, ਨਾ ਗੱਲ ਮੇਰੇ ਵੱਸ ਦੀ ਰਹੀ। ਕਿਸੇ ਐਸੀਆਂ ਨਿਗਾਹਾਂ, ਕਿਸੇ ਐਸੀਆਂ ਨਿਗਾਹਾਂ ਸੌਂਦੇ ਹੋਏ ਵੀ ਮੈਨੂੰ ਸੱਚਿਆ ਮੇਰੇ ਅਸ਼ਕੇ ਕਮਲ ਤੂੰ ਪਹਿਲੀ ਨਜ਼ਰ ਜਬ ਨਜ਼ਰ ਸੇ ਮਿਲਾਈ ਮਜ਼ਾਇਆ ਗਿਆ। ਕਹੀ ਕਹਿਣਾ ਨਹੀਂ ਸਮਝੂ ਉਹਨੂੰ ਆਈ ਨਾ ਗੱਲ ਮੇਰੇ ਵੱਸ ਦੀ ਰਹੀ।
ਪਾਣੀ ਪੰਜਾਂ ਦਰਿਆਵਾਂ ਵਾਲਾ ਰੰਗ ਹੋ ਗਿਆ।
ਦਾ ਪਿੰਡ ਦਾ ਸੀ ਕ੍ਰਿਸ਼ਮਾ ਨੇ ਕ੍ਰਿਸ਼ਮਾ ਨੇ ਕ੍ਰਿਸ਼ਮਾ ਨੇ ਦੁਨੀਆਂ ਦੇ ਕਈ ਚੰਡੀਗੜ੍ਹ ਸਪੈਸ਼ਲ ਆਇਆ ਕੌਂਸਲ ਦੇ ਲਈ ਬਜਰੌਰ ਦੇ ਮੈਂਬਰ ਰਿਜ਼ੋਰਟ ਦਾ ਸਵਾਗਤ ਹੋਣਾ ਚਾਹੀਦਾ ਜੀ ਪਿਆਰੇ ਬਜਰੌਰ ਦੀਆਂ ਮਹਿਕਦੀਆਂ ਜੂਹਾਂ ਅੱਗੇ ਸੰਧਲੀ ਬਰੂਹਾਂ ਤੇ ਬੰਦਾ ਵੀ ਇਲਾਕੇ ਵਿੱਚ ਨੂਰ ਹੋਵੇਗਾ ਜੀ ਹਾਂ ਜ਼ਰੂਰ ਹੋਵੇਗਾ ਕਿ ਇਸ਼ਕ ਰੋਸ਼ਨੀ ਦੀ ਚੀਜ਼ ਹੈ ਇਸ਼ਕ ਰੋਸ਼ਨੀ ਦੀ ਚੀਜ਼ ਹੈ ਪੰਪ ਵਾਲਾ ਕਿਹੜਾ ਸਾਡਾ ਮਾਮਾ ਨੀ ਹੋਰ ਦੱਸ ਕੀ ਭਾਲਦੀ ਬੜਾ ਸੋਹਣਾ ਮਤ ਮੈਂ ਮਕਾਨ ਹੁੰਦਿਆ ਆਸ਼ਪਾਤ ਆਪਣਾ ਸ਼ੁਮਾਰ
ਕਿੱਕ ਦੇ ਅੱਧੀ ਕਿੱਕ ਦੇ ਸਟਾਰਟ ਤੇਰਾ ਯਾਮਾ ਨੀ ਹੋਰ ਦੱਸ ਕੀ ਕਰਦੇ ਕਿੱਕ ਦੇ ਸਟਾਰਟ ਤੇਰਾ ਯਾਮਾ ਨੀ ਹੋਰ ਦੱਸ ਕੀ ਕਰਦੇ ਮੈਂ ਪਾਲੂ ਵੀ ਨੂੰ ਪਰ ਰੱਖ ਦੂੰ ਪਜਾਮਾ ਜੀ। ਲਾਈਵ ਸ਼ੋਅ ਖਤਮ ਹੋ ਗਿਆ ਅਤੇ ਲੋਕ ਸਾਰੇ ਘਰਾਂ ਨੂੰ ਹੁਣ ਜਾਣ ਲੱਗ ਪਏ ਆ ਕਿਉਂਕਿ 12 ਵਜੇ ਦਾ ਟਾਈਮ ਹੋ ਗਿਆ ਆ। ਲਾਈਵ ਸ਼ੋਅ ਤਾਂ ਬਹੁਤ ਦੇਖੇ ਜ਼ਿੰਦਗੀ 'ਚ, ਪਰ ਇੱਦਾਂ ਦਾ ਲਾਈਵ ਸ਼ੋਅ ਨਹੀਂ ਕਦੇ ਦੇਖਿਆ, ਕਿਉਂਕਿ ਇਹ ਸਰਤਾਜ ਦੇ ਆਪਣਾ ਪਿੰਡ ਦਾ ਲਾਈਵ ਸ਼ੋਅ ਸੀ, ਇਸ ਕਰਕੇ ਬਹੁਤ ਅੱਤ ਹੋਈ ਜੀ ਲਾਈਵ ਸ਼ੋਅ ਦੇ ਵਿੱਚ। ਸੋ ਦੇਖ ਸਕਦੇ ਆ ਜੀ ਤੁਸੀਂ, ਘਰ ਵੀ ਪੂਰਾ ਸਜਾਇਆ ਹੋਇਆ ਸਿੰਦਰ ਸਰਤਾਜ ਦਾ, ਪੂਰੀ ਰੌਣਕ ਲੱਗੀ ਵਾ ਅੱਜ ਘਰ 'ਚ ਜਿੱਦਾਂ ਦੀਵਾਲੀ ਹੁੰਦੀ ਆ।